ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 193 ਦਿਨ ਬਰਗਾੜੀ ਮੋਰਚਾ ਪੰਜਾਬ ਦੀ ਧਰਤੀ ਦੇ ਉੱਤੇ ਲੱਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਬਹਿਬਲ ਕਲਾਂ ਵਿੱਚ ਗੋਲੀ ਕਾਂਡ ਹੋਇਆ ਸੀ, ਦੋ ਸਿੰਘ ਸ਼ਹੀਦ ਹੋਏ ਸੀ, ਕੋਟਕਪੁਰੇ ਵਿੱਚ ਲਾਠੀਚਾਰਜ ਅਤੇ ਬਹੁਤ ਸਿੰਘ ਉੱਥੇ ਜ਼ਖਮੀ ਹੋਏ ਸੀ, ਔਰ ਸਿੰਘਾਂ ਦੀਆਂ ਰਿਹਾਈਆਂ ਨੂੰ ਮੁੱਖ ਰੱਖ ਕੇ ਇਹ ਜਿਹੜਾ ਧਾਰਮਿਕ ਮੋਰਚਾ ਲੱਗਿਆ। ਉਹ ਮੋਰਚੇ ਨੇ ਬਹੁਤ ਸਾਰੀਆਂ ਛਾਪਾਂ ਆਪਣੀਆਂ ਛੱਡੀਆਂ ਨੇ, ਔਰ 193 ਦਿਨ ਇਹ ਚੱਲਿਆ। ਉਹਦੇ ਵਿੱਚ ਜਿੰਨੀਆਂ ਵੀ ਪੰਜਾਬ ਦੀਆਂ, ਹਰਿਆਣੇ ਦੀਆਂ, ਰਾਜਸਥਾਨ ਦੀਆਂ, ਹਿਮਾਚਲ ਦੀਆਂ, ਦਿੱਲੀ ਦੀਆਂ, ਸਾਰੀਆਂ ਸਟੇਟਾਂ ਤੋਂ ਜਿੰਨੀਆਂ ਵੀ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰੀਆਂ ਨੇ, ਮਾਈਕ ਤੌਰ ਦੇ ਉੱਤੇ ਸਹਾਇਤਾ ਕੀਤੀ ਆ, ਆਪਣੇ ਸੰਦੇਸ਼ ਦਿਲੋਂ ਜੁੜੇ ਨੇ। ਮੈਂ ਆਪਣੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ। ਅੱਜ ਮੈਂ ਮੋਰਚੇ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰੀ ਮੈਂ ਪ੍ਰੈਸ ਦੇ ਸਾਹਮਣੇ ਆ ਕੇ ਮੈਂ ਇਹ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਉਸ ਮੋਰਚੇ ਨੇ ਕੀ ਪ੍ਰਾਪਤ ਕੀਤਾ। ਉਸ ਮੋਰਚੇ ਨੇ ਪੂਰੇ ਦੇਸ਼ ਦੇ ਵਿੱਚ ਅਮਨ ਚੈਨ ਦਾ, ਅਮਨ ਸ਼ਾਂਤੀ ਦਾ ਜਿਹੜਾ ਸੁਨੇਹਾ ਅਤੇ ਔਰ ਦੂਸਰੀ ਗੱਲ ਇਹ ਆ ਕਿ 27 ਤਰੀਕ ਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ 18 ਸੈਕਟਰ ਦੇ ਵਿੱਚ, ਉਹਦੇ ਵਿੱਚ ਸਾਰੀ ਕੌਮ ਨੂੰ, ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਭਾਈ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੋ। ਅਸੀਂ ਸਾਰੇ ਉੱਥੇ ਪਹੁੰਚ ਰਹੇ ਹਾਂ, ਉੱਥੇ ਜਿਹੜੀ ਸਿੱਖ ਕੌਮ ਕੀ ਕਰੇ, ਕੀ ਵਿਚਾਰ ਵਟਾਂਦਰਾ, ਉਹ ਅਸੀਂ ਸਾਰੇ ਉੱਥੇ ਬੈਠ ਮਿਲ ਕੇ ਕਰਾਂਗੇ, ਸਾਰੀ ਸਮੀਖਿਆ ਹੋਊਗੀ। ਹਾਂ, ਇਹਦੇ ਵਿੱਚ ਮੈਂ ਬੜੀ ਨਿਮਰਤਾ ਸਹਿਤ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਧਰਮ ਅਤੇ ਸਿਆਸਤ ਦੋਵਾਂ ਦੀ ਅਗਵਾਈ ਕਰਦਾ, ਅਤੇ ਸਿਆਸਤ ਨੂੰ ਵੀ ਅੱਜ ਲੋਕਾਂ ਦੇ ਪੰਥ ਦੇ ਅਨੁਕੂਲ ਬਣਾਉਣਾ ਉਹ ਸਾਡਾ ਫਰਜ਼ ਆ। ਜਿਹੜਾ ਅਕਾਲੀ ਦਲ ਇਹ ਇੱਕ ਜਮਾਤ ਬਣਿਆ ਸੀ, ਉਹ ਆਪਣੀ ਮਾਨ ਮਰਜ਼ਾਦਾ ਛੱਡ ਗਿਆ, ਅਤੇ ਇਸ ਕਰਕੇ ਅੱਜ ਜ਼ਰੂਰਤ ਆ ਕਿ ਲੋਕਾਂ ਦੇ ਅਨੁਕੂਲ ਬਣਾਉਣ ਵਾਸਤੇ ਮੈਂ ਹਰ ਇੱਕ ਪਾਰਟੀ ਦੇ ਕੋਲ, ਜਿਹੜੀ ਪਾਰਟੀ BJP, ਕਾਂਗਰਸ ਅਤੇ ਬਾਦਲ ਨੂੰ ਹਰਾਉਣ ਦੀ ਗੱਲ ਕਰਦੀ ਆ, ਜਿਹੜਾ ਵਧੀਆ ਆਪਣੀ ਭੂਮਿਕਾ ਨਿਭਾਉਣ ਦੀ ਗੱਲ ਕਰਦੀ ਆ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ, ਹਰ ਇੱਕ ਕੋਲ ਜਾਵਾਂਗਾ, ਮੈਂ ਪੂਰਾ ਯਤਨ ਕਰਾਂਗਾ। ਇਹ ਜਿਹੜੀ ਅਪੀਲ ਮੈਂ ਅੱਜ ਕਰ ਰਿਹਾ, ਥੋੜ੍ਹੇ ਦਿਨ ਪਹਿਲਾਂ ਭਾਈ ਅਮਰੀਕ ਸਿੰਘ ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਆ, ਉਹਨਾਂ ਨੇ ਵੀ ਕੀਤੀ ਸੀ, ਅਤੇ ਮੈਂ ਉਹਨਾਂ ਦਾ ਸਵਾਗਤ ਵੀ ਕੀਤਾ ਸੀ। ਬਾਕੀ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹੋ, ਸੈਂਟਰ ਦੀ ਪੋਲੀਟਿਕਸ ਦੀ ਗੱਲ ਕਰਦੇ ਹੋ, ਮੈਂ ਇਹ ਕਹਿੰਦਾ ਹੈ ਕਿ ਅਜੇ ਅਸੀਂ ਬਹੁਤ ਕਮਜ਼ੋਰ ਹਾਂ, ਅਜੇ ਅਸੀਂ ਬਹੁਤ ਮਾੜੇ ਹਾਂ, ਅਸੀਂ ਆਪਣੀ ਤਾਕਤ ਬਣਾ ਰਹੇ ਹਾਂ, ਅਤੇ ਪਾਣੀ ਤੋਂ ਪਹਿਲਾਂ ਜਿਹੜੇ ਮੌਜੇ ਖੋਲ੍ਹਣੇ ਉਹ ਜਾਇਜ਼ ਨਹੀਂ, ਅਤੇ ਰੱਬ ਸਾਡੇ 'ਤੇ ਕਿਰਪਾ ਕਰੇ, ਆ ਜਿਹੜੀ ਪੰਜਾਬ ਦੀ ਜਨਤਾ ਸਾਡੇ 'ਤੇ, ਪੰਜਾਬ ਦੇ ਉੱਤੇ ਕਿਰਪਾ ਕਰੇ, ਅਤੇ ਜੋ ਤੁਹਾਡੀਆਂ ਇੱਛਾਵਾਂ ਨੇ ਉਹਦੇ ਮੁਤਾਬਕ ਅਸੀਂ ਫੈਸਲੇ ਲੈਣ ਦੇ ਯੋਗ ਹੋਵਾਂਗੇ। ਕੱਲ੍ਹ ਦੂਜੇ ਪੜਾਅ ਦੀ ਤੁਸੀਂ ਕੀਤੀ, ਕਦੋਂ ਸ਼ੁਰੂ ਹੋਏਗਾ ਮੀਟਿੰਗ ਤੋਂ? ਬਹੁਤ ਜਲਦੀ, ਬਹੁਤ ਜਲਦੀ ਜੀ, ਸਾਡੀ 27 ਤਰੀਕ ਨੂੰ ਵੀ ਮੀਟਿੰਗ ਆ, ਉਸ ਤੋਂ ਬਾਅਦ ਵੀ ਹੋਊਗੀ। ਪੰਥ ਨੂੰ ਅੱਜ ਬੜੀ ਖੁਸ਼ੀ ਮਿਲੀ ਹੈ ਕਿ ਇੱਕ ਬੜੀ ਦੂਜੀ ਵੱਡੀ ਮੰਗ ਜਿਹੜੀ ਸੀ ਸਾਡੀ ਮੋਰਚੇ ਦੀ, ਉਹਦੇ 'ਤੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਇਹ ਮੋਹਰ ਲਾਈ ਆ, ਇਹ ਬਹੁਤ ਵੱਡੀ ਗੱਲ ਆ। ਅਤੇ ਬਾਕੀ ਅਸੀਂ ਇਹ ਜਿਹੜਾ ਮੋਰਚਾ ਜਿਵੇਂ ਲਾਇਆ ਸੀ, ਜੋ ਕਿਹਾ ਸੀ, ਉਹ ਅੱਜ ਵੀ ਉੱਥੇ ਹੀ ਖੜ੍ਹੇ ਹਾਂ, ਇਹ ਪੂਰੇ ਦਾ ਪੂਰਾ ਕਰਾਵਾਂਗੇ। ਸਾਰੇ ਬੰਦੀ ਸਿੰਘ ਵੀ ਰਿਹਾਅ ਹੋਣਗੇ, ਸਾਰੀਆਂ ਜੇਲ੍ਹ ਤਬਦੀਲੀਆਂ ਵੀ ਹੋਣਗੀਆਂ, ਸਾਰਾ ਕੁਛ ਹੋਊਗਾ, ਅਸੀਂ ਆਪਣੀ ਪੂਰੀ ਵਾਹ ਲਾਵਾਂਗੇ, ਔਰ ਹਰ ਇੱਕ ਨੂੰ ਇਸ ਲੜਾਈ ਦੇ ਵਿੱਚ, ਜਿਹੜੀ ਬੜੀ ਸ਼ਾਂਤਮਈ, ਬੜੀ ਪੁਰਅਮਨ ਲੜਾਈ, ਜਿਹਦਾ ਅਸੀਂ ਇੱਕ ਉੱਥੇ ਰਿਜ਼ਲਟ ਦਿੱਤਾ, ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ, ਗਰੀਬ ਨੂੰ, ਅਮੀਰ ਨੂੰ, ਹਰ ਵਰਗ ਦੇ ਲੋਕਾਂ ਨੂੰ, ਹਰ ਧਰਮ ਦੇ ਲੋਕਾਂ ਨੂੰ, ਜਿਵੇਂ ਕਿ ਅਸੀਂ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਹੋਣਾ ਚਾਹੀਦਾ, ਸਾਰਿਆਂ ਨੂੰ ਨਾਲ ਲੈ ਕੇ ਅਸੀਂ ਗਲਵੱਕੜੀ ਪਾ ਕੇ ਸਾਰਿਆਂ ਨੂੰ ਇਹਦਾ ਹੱਲ ਕਰਨ ਵਾਸਤੇ ਨਾਲ ਲੈ ਕੇ ਚੱਲਾਂਗੇ। ਕੋਈ ਨਾਰਾਜ਼ ਨਹੀਂ ਹੋ ਸਕਦਾ, ਇਹ ਸਾਡਾ ਪੂਰਾ ਪੰਜਾਬ, ਪੂਰਾ ਪੰਥ, ਇਹ ਸਾਡਾ ਪਰਿਵਾਰ ਆ, ਅਸੀਂ ਬਿਲਕੁਲ ਕਿਸੇ ਤੋਂ ਅਲੱਗ ਨਹੀਂ। ਇਹ ਪਰਿਵਾਰ ਦੇ ਵਿੱਚ ਮਾੜੀ ਮੋਟੀ ਨੋਕ ਝੋਕ ਹੁੰਦੀ ਰਹਿੰਦੀ ਆ, ਪਰ ਇਹਨੂੰ ਪੰਥ ਦੇ ਨਾਲ ਜੋੜ ਕੇ, ਇਹਨੂੰ ਕੌਮ ਦੇ ਨਾਲ ਜੋੜ ਕੇ, ਇਹਨੂੰ ਬਹੁਤ ਵੱਡੀ ਲੜਾਈ ਦੇ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਅਸੀਂ ਸਮਰੱਥ ਹਾਂ, ਪੰਥ ਬੜਾ ਵੱਡਾ ਹੈ, ਬਹੁਤ ਚੜ੍ਹਦੀ ਕਲਾ ਵਾਲਾ ਹੈ, ਬੜੀ ਗੁਰੂ ਨੇ ਇਹਨੂੰ ਸਮਰੱਥਾ ਬਖਸ਼ੀ ਹੈ। ਅਸੀਂ ਇਹ ਮਸਲੇ ਬਹੁਤ ਜਿਹੜੇ ਛੋਟੇ ਨੇ, ਜਿਹੜੇ ਮੈਂ ਕਹਿੰਦਾ ਬਿਲਕੁਲ ਨਹੀਂ ਹੈਗੇ, ਅਸੀਂ 2 ਮਿੰਟ ਦੇ ਵਿੱਚ ਹੱਲ ਕਰਨ ਦੀ ਸਮਰੱਥਾ ਰੱਖਦੇ ਹਾਂ।
ਤੁਸੀਂ ਪੜਾਅ ਦੀ ਗੱਲ ਕੀਤੀ ਹੈ ਕਿ ਦੂਜੀ ਵਾਰ ਪੜਾਅ ਪਹਿਲਾਂ ਪੜਾਅ ਕਿਉਂ ਖਤਮ ਕਰਨਾ ਪੈ ਗਿਆ, ਅਸੀਂ ਕਿਹੜੀ ਹਾਲਾਤਾਂ ਨੂੰ ਮੁੱਖ ਰੱਖ ਕੇ ਕੁਛ ਪ੍ਰਾਪਤ ਕਰਨ ਵਾਸਤੇ ਸਮੇਂ ਸਮੇਂ ਰਣਨੀਤੀ ਜਿਹੜੀ ਆ ਉਹ ਬਦਲਣੀ ਪੈਂਦੀ ਹੈ, ਅਸੀਂ ਉਹ ਬਦਲੀਏ ਦੱਸਾਂਗੇ, ਸਮਾਂ ਆਉਣ ਦਿਓ। ਮੈਂ ਕਹਿੰਦਾ ਸਮੇਂ ਤੋਂ ਪਹਿਲਾਂ ਮੌਜੇ ਲਾਉਣੇ ਠੀਕ ਨੀ, ਪਰ ਸਾਡੀ ਪਿਛਲੀ ਲੜਾਈ ਵੇਖੋ ਕਿੱਡੀ ਠੀਕ ਹੈ। ਸਾਰਿਆਂ ਦਾ, ਭਾਈ ਰਣਜੀਤ ਸਿੰਘ ਦਾ, ਭਾਈ ਵਡਾਲਾ ਜੀ ਦਾ, ਭਾਈ ਉਹ ਫੂਲਕਾ ਸਾਹਿਬ ਦਾ, ਸਾਰੀਆਂ ਦੂਜੀਆਂ ਜਥੇਬੰਦੀਆਂ ਦਾ, ਸਾਰਿਆਂ ਦੇ ਜਿਹੜੇ ਸੁਝਾਅ ਅਤੇ ਯਤਨ ਬੜੇ ਸੋਹਣੇ ਨੇ, ਸੋਚ ਬੜੀ ਸੋਹਣੀ ਆ, ਇਹੋ ਸੋਹਣੀ ਸੋਚ ਚੰਗੇ ਸੁਝਾਅ ਇਕੱਠੇ ਕਰਕੇ ਇੱਕ ਵਧੀਆ ਗੁਲਾਬ ਜਿਹੜਾ ਪੰਜਾਬ ਦੇ ਵਿੱਚ ਖਿੜੂ। ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ।